ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਆਪਣਾ ਯੂਟਿਊਬ ਚੈਨਲ ਦਿਲਜੋਤ ਪਰਮਾਰ। ਦੋਸਤੋ, ਅੱਜ ਦੀ ਵੀਡੀਓ 'ਚ ਅਸੀਂ ਲੈ ਗਏ ਹਾਂ ਜੀ ਕੰਪਿਊਟਰ ਸਾਇੰਸ ਦਾ 10th ਕਲਾਸ ਦਾ, ਜੋ ਕਿ ਤੁਹਾਡਾ ਹੋਊਗਾ ਜੀ 50 ਅੰਕਾਂ ਦਾ, 2 ਨੰਬਰ ਦਾ, 2 ਘੰਟੇ ਹੋਣਗੇ ਜੀ ਸਾਨੂੰ ਪੇਪਰ ਦੇਣ ਨੂੰ। ਸਾਰਾ ਸੋਲਡ ਕਰ ਦਾਂਗੇ ਇਸ ਵੀਡੀਓ ਦੇ ਵਿੱਚ, ਠੀਕ ਹੈ। ਮੋਸਟ ਇੰਪੋਰਟੈਂਟ ਹੈ ਇਹ ਸੈਂਪਲ ਪੇਪਰ, ਠੀਕ ਹੈ। ਇਹਦੇ ਵਿੱਚੋਂ ਬਹੁਤ ਸਾਰੇ ਕੁਸ਼ਚਨ ਤੁਹਾਨੂੰ ਆ ਸਕਦੇ ਆ ਅਕੋਰਡਿੰਗ ਟੂ ਯੂਅਰ ਸੈਂਪਲ। 20 ਕੁਸ਼ਚਨ ਆਣਗੇ ਓਬਜੈਕਟਿਵ, 6 ਕੁਸ਼ਚਨ ਆਣਗੇ ਤੁਹਾਨੂੰ ਸ਼ੋਰਟ ਕੁਸ਼ਚਨ, 2 ਆਣਗੇ ਲੌਂਗ, ਠੀਕ ਹੈ। ਸੋ ਇਹ ਸਾਰਾ ਤੁਹਾਡਾ ਬਿਲਕੁਲ ਪੈਟਰਨ ਦੇ ਨਿਰਧਾਰਿਤ ਆ, ਪ੍ਰੇਸ਼ਨ ਅੰਕ, ਠੀਕ ਹੈ। ਸੋ ਇਹਦੇ ਆਉਣ ਦੇ ਤੁਹਾਨੂੰ ਜ਼ਿਆਦਾ ਚਾਂਸਿਸ ਆ। ਚਲੋ ਕਰਦੇ ਹਾਂ ਵੀਡੀਓ ਸਟਾਰਟ। ਸਭ ਤੋਂ ਪਹਿਲਾਂ ਤਾਂ ਦੇਖੋ, ਐਨੀ ਵਨ ਵਿਦ ਦ ਲਿੰਕ ਆਪਸ਼ਨ ਸੈੱਟ ਕਰਨ ਤੋਂ ਪਹਿਲਾਂ ਬਾਅਦ ਗੂਗਲ ਡੋਕਸ ਵਿੱਚ ਬਣਾਈ ਗਈ ਫਾਈਲ ਨੂੰ ਸ਼ੇਅਰ ਕਰਨ ਲਈ ਡਰਾਪ ਡਾਊਨ ਦੀ ਮੀਨੂ ਦੀ ਵਰਤੋਂ ਕਰੋ, ਠੀਕ ਹੈ। ਸੋ ਕਿਹੜਾ ਆਊਗਾ ਜੀ? ਇੱਥੇ ਦਰਸ਼ਕ ਆਊਗਾ, ਐਡੀਟਰ ਆਊਗਾ, ਜਾਂ ਟਿੱਪਣੀਕਾਰ ਆਊਗਾ। ਸੋ ਕੀ ਆਊਗਾ? ਉਪਰੋਕਤ ਸਾਰੇ, ਆਲ ਆਫ ਦੀਸ। ਵਿਚ ਆਫ ਦਾ ਫੋਲੋਇੰਗ ਇਜ਼ ਦਾ ਐਗਜ਼ਾਮਪਲ ਆਫ ਵਰਡ ਪ੍ਰੋਸੈਸਰ, ਠੀਕ ਹੈ। ਸੋ ਇਹਨਾਂ 'ਚੋਂ ਕਿਹੜੀ ਵਰਡ ਪ੍ਰੋਸੈਸਰ ਦੀ ਉਦਾਹਰਣ ਆ? ਗੂਗਲ ਡੋਕਸ। ਨੈਕਸਟ ਆਪਣੇ ਕੋਲ ਕੀ ਆ? ਡੈਸ਼ ਉਹ ਟੈਕਸਟ ਹੁੰਦਾ ਹੈ ਜਿਸ ਵਿੱਚ ਦੂਜੇ ਵੈਬ ਪੇਜਾਂ ਦੀ ਲਿੰਕ ਹੁੰਦੇ ਆ, ਠੀਕ ਹੈ। ਸੋ ਹਾਈਪਰ ਟੈਕਸਟ ਹੁੰਦਾ ਵਾ ਜਿਹਦੇ ਵਿੱਚ ਦੂਜੇ ਪੇਜ ਵੀ ਲਿੰਕ ਹੁੰਦੇ ਆ। ਨੈਕਸਟ ਹੈਗਾ ਜੀ, ਵੈਬ ਪੇਜ ਵਿੱਚ ਡੈਸ਼ ਟੈਗ ਦੀ ਵਰਤੋਂ ਟੈਕਸਟ ਅਤੇ ਤਸਵੀਰਾਂ ਆਦਿ ਲਈ ਸਕਰੋਲ ਕਰਨ ਲਈ ਕੀਤੀ ਜਾਂਦੀ ਆ। ਸੋ ਕੀ ਆ? ਮਰਕਰੀ। ਜੇਕਰ ਅਸੀਂ 2 ਜਾਂ 2 ਤੋਂ ਵੱਧ ਰੋਜ਼ ਦੇ ਸੈੱਲਾਂ ਨੂੰ ਇੱਕ ਸਿੰਗਲ ਸੈੱਲ ਵਿੱਚ ਮਰਜ਼ ਕਰ ਦਈਏ ਤਾਂ ਅਸੀਂ ਡੈਸ਼ ਇੰਟਰਬਿਊਟ। ਸੋ ਕੀ ਆ ਜੀ? ਰੋਜ਼, ਠੀਕ ਹੈ, ਰੋਜ਼ ਆਊਗਾ ਇੱਥੇ। ਨੈਕਸਟ ਹੈਗਾ ਜੀ, ਡੈਸ਼ ਇੰਟਰਬਿਊਟਸ ਦੀ ਵਰਤੋਂ ਕਰਦੇ ਹੋਏ ਸੈੱਲਾਂ ਵਿਚਕਾਰ। ਸੋ ਕੀ ਆ ਜੀ? ਸੈੱਲ ਸਪੈਸਿੰਗ, ਠੀਕ ਹੈ। ਉਸ ਤੋਂ ਬਾਅਦ ਹੈਗਾ ਜੀ ਆਪਣੀ ਖਾਲੀ ਥਾਵਾਂ। ਡੈਸ਼ ਇੱਕ ਸਾਫਟਵੇਅਰ ਹੈ ਜੋ ਟੇਬੂਲਰ ਡਾਟਾ ਨੂੰ ਆਸਾਨੀ ਨਾਲ ਪ੍ਰੋਸੈਸ ਕਰਨ ਅਤੇ ਉਸਦਾ ਵਿਸ਼ਲੇਸ਼ਣ ਕਰਨ ਦੀ ਆਗਿਆ ਦਿੰਦਾ ਹੈ। ਹੁਣ ਆਪਾਂ ਸਾਰੇ ਕੁਸ਼ਚਨ ਦੇਖ ਲੈਂਦੇ ਹਾਂ, ਫਿਰ ਤੁਹਾਨੂੰ ਇਕੱਠੇ ਹੀ ਕਰਾਵਾਂਗੇ। ਨੈਕਸਟ ਹੈਗਾ ਜੀ, ਸਿਸਟਮ ਆਮ ਤੌਰ 'ਤੇ ਡੈਸ਼ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾ ਵਿੱਚ ਲਿਖੇ ਜਾਂਦੇ ਆ, ਠੀਕ ਹੈ। ਡੈਸ਼ ਇੰਟਰਬਿਊਟਸ ਦੀ ਵਰਤੋਂ ਐਚਟੀਐਮਐਲ ਡਾਕੂਮੈਂਟ ਦੀ ਬੈਕਗ੍ਰਾਊਂਡ ਉੱਪਰ ਤਸਵੀਰ ਸੈੱਟ ਕਰਨ ਲਈ ਕੀਤੀ ਜਾਂਦੀ ਆ। ਡੌਕ ਟਾਈਪ ਐਚਟੀਐਮਐਲ ਦੇ ਡੈਸ਼ ਨੂੰ ਬਿਆਨ ਕਰਦਾ। ਸੋ ਨੈਕਸਟ ਦੇਖ ਲਓ, ਡੈਸ਼ ਟੈਗ ਦੀ ਵਰਤੋਂ ਟੇਬਲ ਹੈਡਿੰਗਸ ਨੂੰ ਪ੍ਰਭਾਸ਼ਿਤ ਕਰਨ ਲਈ ਕੀਤੀ ਜਾਂਦੀ ਆ, ਠੀਕ ਹੈ। ਅਸੀਂ ਡੈਸ਼ ਇੰਟਰਬਿਊਟਸ ਦੀ ਵਰਤੋਂ ਕਰਕੇ ਸਿਰਫ ਸੈੱਲ ਕੰਟੈਕਸਟ ਇਹ ਦੇਖ ਲਿਓ। ਉਸ ਤੋਂ ਬਾਅਦ ਆਹ ਦੇਖ ਲਓ ਫੁੱਲ ਫੋਰਮ, ਇਹ ਸਾਰੇ ਤੁਹਾਨੂੰ ਇਕੱਠੇ ਹੀ ਦਿਖਾਊਂਗਾ। ਹੁਣ ਮੈਂ ਐਸ ਟੈਗ ਦਾ ਪੂਰਾ ਨਾਂ ਕੀ ਆ, ਬੀ ਦਾ ਕੀ ਆ, ਟੀ ਦਾ ਕੀ ਆ, ਪੀ ਦਾ ਕੀ ਆ, ਟੀ ਆਰ ਦਾ ਕੀ ਆ ਪੂਰਾ ਨਾਂ, ਠੀਕ ਹੈ, ਟੀ ਐੱਚ ਦਾ ਪੂਰਾ ਨਾਂ ਕੀ ਆ, ਡੀ ਟੀ ਦਾ ਪੂਰਾ ਨਾਂ ਕੀ ਆ, ਟੀ ਡੀ ਦਾ ਪੂਰਾ ਨਾਂ ਕੀ ਆ। ਸੋ ਜਿਹੜੇ ਇੱਥੇ ਸੀਗੇ ਨਾ ਕੁਸ਼ਚਨ ਇੱਕ ਇੱਕ ਮਾਰਕਸ ਦੇ, ਚਲੋ ਉਹ ਤਾਂ ਸਾਨੂੰ ਦਿਖਾਤੇ ਸੀ ਨਾ, ਮੈਂ ਖਾਲੀ ਥਾਵਾਂ ਸੀਗੀਆਂ। ਖਾਲੀ ਥਾਵਾਂ ਦੇ ਵਿੱਚ ਕਿਹੜੀ ਕਿਹੜੀ ਸੀਗੀ ਇਹਦੇ 'ਚ ਦੇਖ ਲਿਓ ਜੀ। ਐਪਲੀਕੇਸ਼ਨ ਸੋਫਟਵੇਅਰ ਵਾਲਾ ਸੀਗਾ, ਸਿਸਟਮ ਸੋਫਟਵੇਅਰ ਆਮ ਤੌਰ 'ਤੇ, ਠੀਕ ਹੈ। ਸੋ ਇਹ ਜੇ ਇਹਨਾਂ 'ਚੋਂ ਕੋਈ ਸੀਗਾ ਤਾਂ ਦੇਖ ਲਿਓ। ਸੋ ਹੋਰ ਮੈਂ ਤੁਹਾਨੂੰ ਦਿਖਾਉਣਾ, ਰੁਕੋ ਆਹ ਦੇਖੋ, ਇਹਦੇ ਵਿੱਚੋਂ ਜੇ ਤੁਹਾਨੂੰ ਸੀਗਾ ਜਿਹੜੀ ਕੋਈ ਹੈਗੀ ਆ ਨਾ, ਦੇਖ ਲਿਓ ਕਿਹੜਾ ਵਾ ਇਹਦੇ ਵਿੱਚੋਂ ਕੁਸ਼ਚਨ ਤੁਹਾਨੂੰ, ਅਤੇ ਉਹਦਾ ਆਂਸਰ ਆ ਥੱਲੇ ਲਿਖਿਆ ਵਾ। ਸੋ ਪਹਿਲਾਂ ਆਪਾਂ ਖਾਲੀ ਥਾਵਾਂ ਹੀ ਦੇਖ ਲੈਂਦੇ ਹਾਂ ਚਾਰੋਂ ਲੈਸਨ ਦੀਆਂ, ਹੈ ਨਾ। ਆਹ ਦੇਖੋ, ਜੇ ਇਹਦੇ ਵਿੱਚੋਂ ਕੋਈ ਕੁਸ਼ਚਨ ਸੀਗਾ ਇਹਦੇ ਵਿੱਚ ਚੈੱਕ ਆਊਟ ਕਰ ਲਿਓ। ਸੋ ਹੋਰ ਮੈਂ ਦਿਖਾ ਦਾਂ, ਚੌਥਾ ਲੈਸਨ ਦੇ ਵਿੱਚ ਹੋਈ ਜੇ ਕੋਈ, ਚੌਥੇ ਲੈਸਨ ਦੇ ਵਿੱਚੋਂ, ਇਹ ਚਾਰ ਹੀ ਲੈਸਨ ਨੇ, ਇਹਨਾਂ ਚਾਰ ਲੈਸਨਾਂ ਦੇ ਵਿੱਚੋਂ ਸਾਨੂੰ ਆਉਣੇ ਆ। ਸੋ ਇਹਦੇ ਵਿੱਚੋਂ ਸਾਰੇ ਮੈਂ ਤੁਹਾਨੂੰ ਦਿਖਾ ਦਿੱਤੇ ਆ ਟਰੂ ਐਂਡ ਫਾਲਸ। ਜੇ ਹੁਣ ਤੁਹਾਨੂੰ ਇਹਦੇ ਵਿੱਚੋਂ ਕਿਹੜੀ ਕਿਹੜੀ ਫੁੱਲ ਫੋਰਮ ਸੀਗੀ ਦੇਖ ਲਿਓ, ਜੇ ਇਹਦੇ ਵਿੱਚ ਆਹ ਫੁੱਲ ਫੋਰਮ ਸੀਗੀਆਂ ਤਾਂ ਦੇਖ ਲਿਓ ਕੋਈ ਇਹਦੇ 'ਚੋਂ। ਸੋ ਉੱਤੇ ਦੇਖਦੇ ਹਾਂ,
ਸੋ ਉੱਤੇ ਕਿਹੜੀ ਸੀਗੀ? ਟੀ ਡੀ ਸੀਗੀ ਇੱਕ ਤਾਂ, ਟੇਬਲ ਡਾਟਾ ਕਹਿੰਦੇ ਇਹਨੂੰ, ਟੀ ਐਚ ਕੀ ਸੀ ਟੇਬਲ ਹੈਡਿੰਗ, ਟੀ ਆਰ ਕੀ ਹੈ ਜੀ ਟੇਬਲ ਰੋ, ਡੀ ਡੀ ਸੀਗਾ ਤਾਂ ਡੈਸ਼ ਡੈਫੀਨੇਸ਼ਨਲ ਡਾਟਾ, ਠੀਕ ਹੈ, ਡੀ ਤੋਂ ਕੀ ਸੀ, ਡੀ ਟੀ ਤੋਂ ਕੀ ਆ ਡੈਫੀਨੇਸ਼ਨਲ ਟਾਈਟਲ, ਠੀਕ ਹੈ, ਹੋਰ ਕੋਈ ਸੀਗਾ ਤਾਂ ਦੇਖ ਲਿਓ ਇਹਦੇ 'ਚੋਂ। ਸੋ ਹੋਰ ਇੱਕ ਆਹ ਸੀਗੀਆਂ, ਬੀ ਤੋਂ ਬੋਲਡ ਹੈ ਜੀ, ਆਈ ਤੋਂ ਅਟੈਲਿਕਾ, ਯੂ ਤੋਂ ਅੰਡਰਲਾਈਨ, ਐਸ ਤੋਂ ਜੀ ਸੀਗਾ ਜੀ, ਪੀ ਤੋਂ ਪੈਰਾਗ੍ਰਾਫ, ਟੀ ਟੀ ਕੀ ਸੀਗਾ ਜੀ ਟੈਲੀ ਟਾਈਪ ਟੈਕਸਟ ਸੀਗਾ। ਸੋ ਜੇ ਹੋਰ ਕੋਈ ਸੀਗਾ ਇਹਦੇ ਵਿੱਚ ਤੁਸੀਂ ਚੈੱਕਆਊਟ ਕਰ ਲੈਣਾ ਆ। ਸੋ ਹੇਅਰ ਇਜ਼ ਇਟ, ਆਪਾਂ ਸਾਰਾ ਕਰ ਲਿਆ ਵਾ। ਸੋ ਹੁਣ ਆਪਾਂ ਕਰਾਂਗੇ ਜੀ ਪਾਰਟ ਬੀ। ਪਾਰਟ ਦੇ ਵਿੱਚ ਬੀ ਵਿੱਚ ਹੈਗਾ ਜੀ ਗੂਗਲ ਡੋਕਸ ਦਾ ਵਰਣਨ ਕਰੋ, ਮਲਟੀਮੀਡੀਆ ਟੂਲਸ ਬਾਰੇ ਲਿਖੋ। ਚਲੋ ਇਹਦੇ ਉਹਨੂੰ ਦੇਖਦੇ ਹਾਂ ਪਹਿਲਾਂ ਤਾਂ, ਜਿਹੜੇ ਆਹ ਦੋ ਕੁਸ਼ਚਨ ਆ ਜੀ ਮੋਸਟ ਇੰਪੋਰਟੈਂਟ ਆ। ਜਿਵੇਂ ਤੁਸੀਂ ਦੇਖ ਸਕਦੇ, ਮਲਟੀਮੀਡੀਆ ਸੰਚਾਰ ਦਾ ਇੱਕ ਰੂਪ ਹੈ ਜਿਸ ਵਿੱਚ ਕੰਟੈਕਸ ਦੇ ਵੱਖ ਵੱਖ ਰੂਪ ਜਿਵੇਂ ਕਿ ਟੈਕਸਟ, ਚਿੱਤਰ, ਐਨੀਮੇਸ਼ਨ, ਵੀਡੀਓ ਦੀ ਵਰਤੋਂ ਕਰਦੇ ਹੋਏ ਪ੍ਰੈਜੈਂਟੇਸ਼ਨ ਤਿਆਰ ਕੀਤੀ ਜਾਂਦੀ ਹੈ। ਮਲਟੀਮੀਡੀਆ ਟੂਲਸ ਦੀ ਵਰਤੋਂ ਨਾਲ ਯੂਜ਼ਰਸ ਕੰਟੈਂਟਸ ਦੇ ਵੱਖ ਵੱਖ ਰੂਪਾਂ ਵਿੱਚ ਵਰਤੋਂ ਕਰਕੇ ਮਲਟੀਮੀਡੀਆ ਐਪਲੀਕੇਸ਼ਨ ਸੋਫਟਵੇਅਰ ਸਮੱਗਰੀ ਬਣਾਉਂਦੇ ਹਨ। ਅਡੋਬ ਫਲੈਸ਼ ਮੀਡੀਆ ਪਲੇਅਰ, ਰੀ ਪਲੇਅਰ, ਸੋ ਇਹਦੇ 'ਚ ਆਹ ਵਾ ਉਦਾਹਰਣਾਂ। ਸੋ ਨੈਕਸਟ ਹੈਗਾ ਜੀ ਗੂਗਲ ਡੋਕਸ। ਗੂਗਲ ਡੋਕਸ ਇੱਕ ਮੁਫਤ ਔਨਲਾਈਨ ਵਰਡ ਪ੍ਰੋਸੈਸਰ ਹੈ। ਇਹ ਡਾਕੂਮੈਂਟ ਬਣਾਉਣ ਅਤੇ ਐਡਿਟ ਕਰਨ ਲਈ ਵਰਤੀ ਵੈੱਬ ਆਧਾਰਿਤ ਡਾਕੂਮੈਂਟਾਂ, ਠੀਕ ਹੈ। ਸੋ ਇਹਦੇ ਵਿੱਚ ਕੀ ਹੈ ਜੀ, ਇਸ ਵਰਡ ਪ੍ਰੋਸੈਸਰ ਰੀਅਲ ਟਾਈਮ ਔਨਲਾਈਨ ਵਰਡ ਪ੍ਰੋਸੈਸਰ ਸਾਡੀ ਮਦਦ ਕਰਦਾ। ਗੂਗਲ ਡੋਕਸ ਸਾਨੂੰ ਕਈ ਕਿਸਮਾਂ ਦੇ ਡਾਕੂਮੈਂਟ ਜਿਵੇਂ ਡੋਕਸ ਐਕਸ, ਪੀ ਡੀ ਐਫ, ਟੀ ਐਕਸੈਟ, ਠੀਕ ਹੈ, ਸੋ ਐਚ ਐਮ ਐਲ ਆਦਿ ਬਣਾਉਣ ਦੀ ਮਦਦ ਕਰਦਾ ਵਾ। ਨੈਕਸਟ ਹੈਗਾ ਜੀ ਆਫਿਸ ਟੂਲ ਦੀ ਪਰਿਭਾਸ਼ਾ ਦਿਓ। ਤੁਸੀਂ ਐਚ ਐਮ ਐਲ ਡਾਕੂਮੈਂਟ ਵਿੱਚ ਟੈਕਸਟ ਅਤੇ ਤਸਵੀਰਾਂ ਨੂੰ ਕਿਵੇਂ ਸਕਰੋਲ ਕਰ ਸਕਦੇ ਹੋ। ਨਾਲ ਲੱਗਦਾ ਹੀ ਹੈਗਾ ਜੀ ਐਚ ਟੀ ਐਮ ਐਲ ਕੀ ਆ, ਆਰਡਰ ਲਿਸਟ ਕੀ ਹੁੰਦੀ ਆ, ਆਰਡਰ ਲਿਸਟ ਬਣਾਉਣ ਦੇ ਵਰਤੇ ਜਾਣ ਵਾਲੇ ਟੈਗਸ, ਚਲੋ ਦੇਖਦੇ ਹਾਂ ਹੁਣ ਇਹ। ਅਤੇ ਟੇਬਲ ਬੈਕਗਰਾਉਂਡ ਨੂੰ ਫਾਰਮੈਟ ਕਰਨ ਲਈ ਟੇਬਲ ਟੈਗ ਦੀ, ਜੇ ਤੁਹਾਨੂੰ ਕੋਈ ਇਹਦੇ 'ਚ ਮੇਰੇ ਤੋਂ ਛੁੱਟ ਗਿਆ ਨਾ ਦੇਖ ਲਿਓ, ਠੀਕ ਹੈ, ਫਾਰਮੈਟਿੰਗ ਆ ਸੀਗਾ ਜੇ ਦੇਖ ਲਿਓ, ਹੈ ਨਾ। ਸੋ ਐਚ ਟੀ ਐਮ ਐਲ ਡਾਕੂਮੈਂਟ 'ਚ ਤਸਵੀਰਾਂ ਨੂੰ ਸਕਰੋਲ ਕਰਨ ਲਈ ਇਹ ਸੀਗਾ ਤਾਂ ਦੇਖ ਲਿਓ। ਹੁਣ ਮੈਂ ਦਿਖਾ ਦਿੰਦਾ ਤੁਹਾਨੂੰ ਤੀਸਰੇ ਲੈਸਨ ਦੇ ਵਿੱਚੋਂ, ਡੈਫੀਨੇਸ਼ਨ ਲਿਸਟ ਸੀਗੀ ਨਹੀਂ ਸੀਗੀ, ਆਰਡਰ ਲਿਸਟ ਕੀ ਹੁੰਦੀ ਆ ਆ ਸੀਗਾ ਤਾਂ ਦੇਖ ਲਿਓ, ਠੀਕ ਹੈ। ਐਚ ਐਮ ਐਲ ਟੇਬਲਸ ਬਣਾਉਣ ਲਈ ਕਿਹੜੇ ਮੋਡਲ ਟੈਗ ਆ, ਟੇਬਲ, ਟੀ ਆਰ, ਟੀ ਐਚ, ਟੀ ਡੀ, ਠੀਕ ਹੈ, ਸੋ ਇਹ ਆ। ਸੋ ਹੋਰ ਕੀ ਸੀਗਾ ਜੀ, ਟੇਬਲ ਬੈਕਗਰਾਉਂਡ ਨੂੰ ਫਾਰਮੈਟ, ਸੋ ਇਹ ਸੀਗਾ ਜੇ ਇਹ ਦੇਖ ਲਿਓ, ਹੈ ਨਾ। ਸੋ ਹੋਰ ਕੀ ਸੀ, ਆਰਡਰ ਲਿਸਟ ਕੀ ਆ ਜੀ, ਇਹ ਤੁਸੀਂ ਇੱਥੋਂ ਦੇਖ ਲਿਓ। ਅਤੇ ਹੁਣ ਦੇਖਦੇ ਹਾਂ ਨੈਕਸਟ, ਉਸ ਤੋਂ ਬਾਅਦ ਆਪਣੇ ਕੋਲ ਵੱਡੇ ਕੁਸ਼ਚਨ ਆ ਜਾਣਗੇ, ਸੋਫਟਵੇਅਰ ਕੀ ਹੁੰਦੇ ਹਨ, ਵੱਖ ਵੱਖ ਕਿਸਮਾਂ ਦੇ ਸੋਫਟਵੇਅਰ ਦਾ ਵਰਣਨ ਕਰੋ। ਸੋ ਵੀਡੀਓ ਨੂੰ ਤੁਸੀਂ ਹਜੇ ਤੱਕ ਲਾਈਕ ਨਹੀਂ ਕੀਤਾ ਨਾ, ਜ਼ਰੂਰ ਲਾਈਕ ਕਰਕੇ ਰੱਖ ਲਿਓ, ਕਿਉਂਕਿ ਇਹ ਮੋਸਟ ਇੰਪੋਰਟੈਂਟ ਪੇਪਰ ਆ, ਠੀਕ ਹੈ, ਇਸ ਲਈ ਇਸ ਵੀਡੀਓ ਨੂੰ ਲਾਈਕ ਕਰਕੇ ਰੱਖ ਲਿਓ। ਅਤੇ ਚੈਨਲ ਜ਼ਰੂਰ ਸਬਸਕ੍ਰਾਈਬ ਰੱਖ ਲਿਓ, 50K ਕਰਾ ਦਿਓ ਬਾਈ ਬਣ ਕੇ। ਸੋ 50K ਆਪਣੇ ਹੋਣ ਵਾਲੇ ਆ, 45K ਥੋੜ੍ਹੇ ਕੁ ਦਿਨਾਂ ਤੱਕ ਹੋ ਜਾਣਗੇ, ਤੁਸੀਂ ਬਸ ਹੁਣ 50K ਕਰਾ ਦਿਓ, ਸਤੰਬਰ ਸਤੰਬਰ ਦੇ ਮਹੀਨੇ 'ਚ ਸਵਾਦ ਆ ਜੂਗਾ। ਸੋਫਟਵੇਅਰ ਕੀ ਹੁੰਦੇ ਆ ਜੀ, ਔਨਲਾਈਨ ਆਫਿਸ ਟੂਲਸ ਦੀ ਵਰਤੋਂ ਕਰੋ। ਜਿਹੜੇ ਇਕੱਲੇ ਵੀਡੀਓ ਦੇਖ ਕੇ ਚਲੇ ਜਾਂਦੇ ਆ, ਪਲੀਜ਼ ਸਬਸਕ੍ਰਾਈਬ ਕਰ ਲਿਓ, ਤੁਹਾਡਾ ਭਲਾ ਹੋਊਗਾ। ਔਨਲਾਈਨ ਆਫਿਸ ਟੂਲਸ ਦੀ ਵਰਤੋਂ ਕਰੋ, ਠੀਕ ਹੈ, ਇਹਦੇ ਲਾਭ ਅਤੇ ਸੋਫਟਵੇਅਰ ਕੀ ਆ, ਚਲੋ ਦੇਖ। ਸੋ ਆਫਿਸ ਟੂਲਸ ਦੇ ਲਾਭ ਅਤੇ ਹਾਨੀਆਂ ਇੱਦਾਂ ਕੁਛ ਸੀਗਾ, ਅਤੇ ਇਹ ਰਿਹਾ ਜੀ ਇਹਦਾ ਕੁਸ਼ਚਨ। ਸੋ ਕੀ ਆ ਜੀ ਔਨਲਾਈਨ ਟੂਲਸ ਦੀ ਲਾਗਤ, ਔਨਲਾਈਨ ਟੂਲਸ ਦੀ ਲਾਗਤ ਜਾਂ ਬਹੁਤ ਘੱਟ ਹੈ, ਇਹਨਾਂ ਸੇਵਾ ਦੀ ਵਰਤੋਂ ਕੋਈ ਬਹੁਤਾ ਖਰਚਾ ਨਹੀਂ ਹੁੰਦਾ, ਔਨਲਾਈਨ ਟੂਲਸ ਡਾਊਨਲੋਡ ਜਾਂ ਇੰਸਟਾਲ ਕਰਨ ਦੀ ਲੋੜ ਨਹੀਂ ਪੈਂਦੀ, ਠੀਕ ਹੈ। ਸੋ ਨੈਕਸਟ ਕੀ ਆ ਜੀ, ਇਹ ਪੋਰਟੇਬਲ ਟੂਲਸ ਹੁੰਦੇ ਆ, ਠੀਕ ਹੈ, ਸ਼ੇਅਰ ਦੀ ਸਹੂਲਤ ਹੁੰਦੀ ਹੈ ਇਹਨਾਂ ਦੇ ਵਿੱਚ। ਸੋ ਨੁਕਸਾਨ ਕੀ ਹੈ, ਜੇ ਇਹਦੇ ਉਹੀ ਸਪੀਡ ਨਾ ਹੋਵੇ, ਨੈੱਟ ਨਾ ਮਿਲੇ ਤਾਂ ਕੀ ਬਣੂਗਾ, ਸੋ ਇਹਦੇ ਵਿੱਚ ਉਹ ਆ।
ਫਿਰ ਸੋਫਟਵੇਅਰ ਕੀ ਹੈ ਜੀ? ਸੋਫਟਵੇਅਰ ਪ੍ਰੋਗਰਾਮਾਂ ਦਾ ਸਮੂਹ ਹੁੰਦੇ ਆ ਜੋ ਯੂਜ਼ਰ ਨੂੰ ਕੁਝ ਖਾਸ ਕੰਮ ਕਰਨ ਦੇ ਯੋਗ ਬਣਾਉਂਦਾ ਜਾਂ ਕੰਪਿਊਟਰ ਨੂੰ ਚਲਾਉਣ ਲਈ ਵਰਤਿਆ ਜਾਂਦਾ। ਸੋਫਟਵੇਅਰ ਤੋਂ ਬਿਨਾਂ ਯੂਜ਼ਰ ਕੰਪਿਊਟਰ 'ਤੇ ਕੰਮ ਨਹੀਂ ਕਰ ਸਕਦਾ। ਸੋਫਟਵੇਅਰ ਨੂੰ ਮੁੱਖ ਤੌਰ 'ਤੇ ਦੋ ਕਿਸਮਾਂ ਵਿੱਚ ਵੰਡਿਆ ਜਾ ਸਕਦਾ, ਐਪਲੀਕੇਸ਼ਨ ਸੋਫਟਵੇਅਰ ਅਤੇ ਦੂਸਰਾ ਸੋਫਟਵੇਅਰ ਸਿਸਟਮ। ਠੀਕ ਹੈ, ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਇੱਕ ਵਾਰ ਫਿਰ ਭੀਖ ਮੰਗ ਰਿਹਾ ਮੈਂ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਜਿੰਨੇ ਵੀ ਤੁਸੀਂ 10-15 ਹਜ਼ਾਰ ਵੀਡੀਓ ਦੇਖੋਗੇ ਤਾਂ ਉਹਦੇ 'ਚੋਂ 2 ਜਣੇ ਵੀ ਸਬਸਕ੍ਰਾਈਬ ਕਰਨਗੇ, ਮਤਲਬ 5 ਜਣੇ 'ਚ 2 ਵੀ, ਤਾਂ ਵੀ ਆਪਣੇ ਬਹੁਤ ਛੇਤੀ 50 ਕੇ ਹੋ ਸਕਦੇ ਆ। ਸੋ ਸਿਸਟਮ ਸੋਫਟਵੇਅਰ ਪ੍ਰੋਗਰਾਮਾਂ ਦਾ ਸਮੂਹ ਹੁੰਦਾ ਇਹ ਸੋਫਟਵੇਅਰ ਕੰਪਿਊਟਰ ਨੂੰ ਚਲਾਉਣ, ਕੰਟਰੋਲ ਕਰਨ ਅਤੇ ਇਸ ਦੀ ਪ੍ਰੋਸੈਸਿੰਗ ਸਮਰੱਥਾ ਵਧਾਉਣ ਲਈ ਤਿਆਰ ਕੀਤੇ ਜਾਂਦੇ ਆ। ਇਹ ਸੋਫਟਵੇਅਰ ਆਮ ਤੌਰ 'ਤੇ ਲੋਅ ਲੈਵਲ ਕੰਪਿਊਟਰ ਪ੍ਰੋਗਰਾਮ ਲਈ ਵਰਤੇ ਜਾਂਦੇ ਆ। ਠੀਕ ਹੈ, ਐਪਲੀਕੇਸ਼ਨ ਕੀ ਹੈ ਜੀ? ਐਪਲੀਕੇਸ਼ਨ ਸੋਫਟਵੇਅਰ ਐਡ ਯੂਜ਼ਰ ਐਪਲੀਕੇਸ਼ਨ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਸੋਫਟਵੇਅਰ ਆਮ ਤੌਰ 'ਤੇ ਯੂਜ਼ਰ ਲਈ ਖਾਸ ਕੰਮ ਕਰਨ ਲਈ ਵਰਤੇ ਜਾਂਦੇ ਆ। ਇਹ ਪੂਰਾ ਪੜ੍ਹ ਲਿਓ। ਨੈਕਸਟ ਆਪਣੇ ਕੋਲ ਆ ਗਿਆ ਜੀ, ਤੁਸੀਂ HTML ਡਾਕੂਮੈਂਟ ਵਿੱਚ ਫੋਂਟਸ ਨਾਲ ਕਿਵੇਂ ਕੰਮ ਕਰੋਗੇ। ਠੀਕ ਹੈ, ਉਸ ਤੋਂ ਬਾਅਦ ਆ ਗਿਆ ਜੀ HTML ਡਾਕੂਮੈਂਟ ਦੇ ਬੋਡੀ ਭਾਗ ਦਾ ਵਰਣਨ ਕਰੋ, ਤੁਸੀਂ ਇਸ ਨੂੰ ਕਿਵੇਂ ਫਾਰਮੈਟ ਕਰੋਗੇ। ਠੀਕ ਹੈ, ਸੋ ਇਹ ਦੇਖ ਲਓ। ਸੋ ਇਹ 2 ਕੁਸ਼ਚਨ ਤੁਹਾਨੂੰ ਇੱਕ ਹੀ 'ਚ ਮਿਲ ਜਾਣਗੇ। ਤੁਸੀਂ HTML ਡਾਕੂਮੈਂਟ ਵਿੱਚ ਫੋਂਟਸ ਨਾਲ ਕਿਵੇਂ ਕੰਮ ਕਰੋਗੇ? HTML ਡਾਕੂਮੈਂਟ ਵਿੱਚ ਫੋਂਟ ਨਾਲ ਕੰਮ ਕਰਨ ਲਈ ਫੋਂਟ ਟੈਗ ਦੀ ਵਰਤੋਂ ਕਰਾਂਗੇ। ਫੋਂਟ ਟੈਗ ਇੱਕ ਕੰਟੇਨਰ ਟੈਗ ਆ। ਠੀਕ ਹੈ, ਇਹ ਫੋਂਟ ਟੈਗ ਨਾਲ ਸ਼ੁਰੂ ਹੁੰਦਾ ਅਤੇ ਇੱਦਾਂ ਡੰਡੀ ਲੱਗ ਕੇ ਖਤਮ ਹੋ ਜਾਂਦਾ ਸ਼ੁਰੂ। ਠੀਕ ਹੈ, ਟੈਗ ਨਾਲ ਬੰਦ ਹੋ ਜਾਂਦਾ। ਟੈਕਸਟ ਦੇ ਆਧਾਰ 'ਤੇ ਰੰਗ ਫੋਂਟ ਬਦਲਣ ਲਈ ਇਸ ਟੈਗ ਦੀ ਵਰਤੋਂ, ਐਂਟਰੀਬਿਊਟਸ ਦੀ ਵਰਤੋਂ ਕਰ ਸਕਦੇ ਹਾਂ। ਠੀਕ ਹੈ, ਸੋ ਸਾਈਜ਼, ਕਲਰ, ਫੇਸ ਇਹਦੇ ਵਿੱਚ ਆਹਵਾ ਉਦਾਹਰਣ ਲਈ। ਠੀਕ ਹੈ, ਨੈਕਸਟ ਆਪਣੇ ਕੋਲ ਹੈਗਾ ਜੀ HTML ਡਾਕੂਮੈਂਟ ਦੇ ਵਿੱਚ ਬੋਡੀ ਭਾਗ ਦਾ ਵਰਣਨ ਕਰੋ। ਠੀਕ ਹੈ, ਇਹਨੂੰ ਕਿਵੇਂ ਫਾਰਮੈਟ ਕਰਾਂਗੇ? ਸੋ ਇਹਦੇ ਵਿੱਚ HTML ਡਾਕੂਮੈਂਟ ਵਿੱਚ ਇੱਕ ਵੈਬ ਪੇਜ ਨੂੰ ਦਰਸਾਉਂਦਾ ਹੈ। ਬੋਡੀ ਭਾਗ ਵੈਬ ਪੇਜ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਬੋਡੀ ਭਾਗ ਨੂੰ ਬੋਡੀ ਟੈਗ ਵੀ ਪ੍ਰਭਾਸ਼ਿਤ ਕੀਤਾ ਜਾਂਦਾ ਹੈ। ਇਹ ਹੁਣ ਤੁਸੀਂ ਸਾਰਾ ਪੜ੍ਹ ਲਿਓ ਹੈ ਨਾ। ਸੋ ਉਸ ਤੋਂ ਬਾਅਦ ਐਂਡ 'ਤੇ ਦੇਖਦੇ ਹਾਂ BG ਕਲਰ। ਇਸ ਐਂਟਰੀਬਿਊਟਸ ਦੀ ਵਰਤੋਂ ਬਾਡੀ ਭਾਗ ਦੀ ਬੈਕਗਰਾਊਂਡ ਰੰਗ ਸੈੱਟ ਕਰਨ ਲਈ ਕੀਤੀ ਜਾਂਦੀ ਆ। ਬੈਕਗਰਾਊਂਡ, ਇਸ ਵਿੱਚ ਐਂਟਰੀਬਿਊਟ ਵਰਤੋਂ ਬਾਡੀ ਭਾਗ ਦੀ ਬੈਕਗਰਾਊਂਡ ਉੱਪਰ ਟੈਕਸਟ ਸੈੱਟ ਕਰਨ ਲਈ ਕੀਤੀ ਜਾਂਦੀ ਆ। ਟੈਕਸਟ, ਇਸ ਐਂਟਰੀਬਿਊਟਸ ਦੀ ਵਰਤੋਂ ਟੈਕਸਟ ਦਾ ਰੰਗ ਬਦਲਣ ਲਈ ਕੀਤੀ ਜਾਂਦੀ ਆ। ਸੋ ਇੱਥੇ ਹੁੰਦਾ ਜੀ ਆਪਣਾ ਪੇਪਰ ਖਤਮ। ਸੋ ਇਹ ਆਪਾਂ ਸਾਰਾ ਸੋਲਵ ਕਰ ਦਿੱਤਾ। ਜੇ ਤੁਹਾਨੂੰ ਇਹਦੀ PDF ਚਾਹੀਦੀ ਆ ਆਪਣੇ ਟੈਲੀਗ੍ਰਾਮ ਜਾਂ ਵਟਸਅਪ ਚੈਨਲ 'ਤੇ, ਤੁਹਾਨੂੰ ਇਸ ਵੀਡੀਓ 'ਤੇ 200 ਲਾਈਕ ਕਰਾ ਦੇਣੇ ਆ ਹੁਣੀ, ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ, ਵੱਧ ਤੋਂ ਵੱਧ ਦੋਸਤਾਂ 'ਚ ਕਰਾ ਲਿਓ। ਕਿਉਂਕਿ 10th ਕਲਾਸ ਦਾ ਅਸੀਂ ਬਹੁਤ ਹੀ ਵਧੀਆ ਪੇਪਰ ਪਾਉਂਦੇ ਹੁੰਦੇ ਹਾਂ। ਠੀਕ ਹੈ, ਜਿਹੜਾ ਤੁਹਾਨੂੰ ਆ ਵੀ ਜਾਂਦਾ ਹੁੰਦਾ ਬਹੁਤ ਟਾਈਮ, ਅਤੇ ਹੋਰ ਕੀ ਕਹਿੰਦੇ ਹਾਂ ਪੱਕੇ ਪੇਪਰਾਂ 'ਚ ਸਾਡੀ ਫੁੱਲੀ ਤਿਆਰੀ ਕਰਾਉਂਦੇ ਹਾਂ, ਜਿਹਦੇ ਵਿੱਚ ਸਾਨੂੰ 90% ਤੁਹਾਨੂੰ ਮਿਲੀ ਜਾਣ ਅਤੇ ਐਵਰੇਜ ਬੱਚੇ ਨੂੰ 70-80% ਮਿਲੀ ਜਾਣ। ਠੀਕ ਹੈ, ਸੋ ਇਹੋ ਜਿਹੀ ਤਿਆਰੀ ਕਰਾਉਂਦੇ ਹਾਂ ਪੱਕੇ ਪੇਪਰਾਂ ਲਈ। ਚੈਨਲ ਜ਼ਰੂਰ ਸਬਸਕ੍ਰਾਈਬ ਰੱਖਿਓ, 50K ਸਬਸਕ੍ਰਾਈਬਰ ਹੋਣ ਵਾਲੇ ਆ।